ਬੀਤੇ ਦਿਨੀ ਸੋਸ਼ਲ ਮੀਡੀਆ ਉੱਤੇ ਕੈਬਨਿਟ ਮੰਤਰੀ ਸੁਖੀ ਰੰਧਾਵਾ ਦੀ ਵਾਇਰਲ ਵੀਡੀਓ ਸੰਬੰਧੀ ਅੱਜ ਸਮੂਹ SGPC ਮੈਂਬਰਾਂ SGPC ਮੀਤ ਪ੍ਰਧਾਨ ਰਜਿੰਦਰ ਸਿੰਘ ਮਹਿਤਾ, ਮੈਂਬਰ ਭਾਈ ਮਨਜੀਤ ਸਿੰਘ, ਹਰਜਾਪ ਸਿੰਘ ਸੁਲਤਾਨਵਿੰਡ, ਮੈਂਬਰ ਮੰਗਵਿੰਦਰ ਸਿੰਘ ਖਾਪੜਖੇੜੀ, ਗੁਰਪ੍ਰੀਤ ਸਿੰਘ ਝੱਬਰ, ਭਾਈ ਰਾਮ ਸਿੰਘ, ਸੁਰਜੀਤ ਸਿੰਘ ਪਿੱਟੇੜੜ ਵੱਲੋਂ ਮੈਨੇਜਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮੰਗ ਪੱਤਰ ਦਿੰਦਿਆਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਖਿਲਾਫ਼ ਕਾਰਵਾਈ ਕਰਨ ਦੀ ਅਪੀਲ ਕੀਤੀ। ਪਿਛਲੇ ਦਿਨੀ ਇੱਕ ਜਿਹੜਾ ਸੁਖਜਿੰਦਰ ਸਿੰਘ ਰੰਧਾਵਾ ਕੈਬਨਿਟ ਮੰਤਰੀ ਹੈ, ਜਿਹਨੂੰ ਸੁਖੀ ਰੰਧਾਵਾ ਕਹਿੰਦੇ ਆ, ਉਹਦੇ ਵੱਲੋਂ ਕੁਝ ਭੱਦੇ ਸ਼ਬਦ ਜਿਹੜੇ ਗੁਰੂ ਸਾਹਿਬ ਦੇ ਸੰਬੰਧ 'ਚ ਬੋਲੇ ਗਏ ਆ, ਉਹ ਵੀਡੀਓ ਇੱਕ ਵਾਇਰਲ ਹੋਈ ਹੈ। ਉਹ ਸਮੁੱਚੇ ਸਿੱਖ ਪੰਥ ਦੇ ਵਿੱਚ ਬੜਾ ਚਰਚਾ ਦਾ ਵਿਸ਼ਾ ਬਣੀ ਹੈ ਔਰ ਉਹ ਬਹੁਤ ਹੀ ਨਿੰਦਣੀ ਹੈ। ਜਿੰਨੀ ਵੀ ਨਿੰਦਾ ਕੀਤੀ ਜੇ ਉਨੀ ਥੋੜ੍ਹੀ ਹੈ। ਉਹਨੇ ਇੱਕ ਕੋਈ ਫੋਟੋ ਨੂੰ ਐਡਰੈਸ ਕਰਦਿਆਂ ਹੋਇਆਂ, ਜਿੱਥੇ ਉਹ 3-4-5 ਖੜ੍ਹੇ ਨਜ਼ਰ ਆਉਂਦੇ ਆ, ਬੜੇ ਜਿਹੜੇ ਭੱਦੇ ਲਫਜ਼, ਇੱਥੋਂ ਤੱਕ ਉਹਨੇ ਕਿਹਾ ਤੇ ਵੇਖੋ ਆਹ ਗੁਰੂ ਨਾਨਕ ਸਾਹਿਬ ਦੀ ਫੋਟੋ ਜਾਪਦੀ ਹੈ, ਇਹ ਤਾਂ ਬਿਲਕੁਲ ਹੀ ਇੰਝ ਯਾਦ ਹੈ ਜਿਵੇਂ ਕੈਪਟਨ ਸਾਹਿਬ ਦੀ ਫੋਟੋ ਹੁੰਦੀ ਹੈ, ਕੈਪਟਨ ਸਾਹਿਬ ਨਾਲ ਮੇਲ ਜਿਹੜਾ ਖਾਂਦਾ। ਇਸ ਤਰ੍ਹਾਂ ਦੀਆਂ ਜਿਹੜੀਆਂ ਨਿੰਦਣਯੋਗ ਸ਼ਬਦਾਵਲੀ ਵਰਤੀ ਹੈ ਗੁਰੂ ਸਾਹਿਬ ਦੇ ਸਤਿਕਾਰ ਨੂੰ ਬਿਲਕੁਲ ਪਾਸੇ ਰੱਖ ਕੇ ਕੇਵਲ ਦੇ ਕੇਵਲ ਹਕੂਮਤ ਦੇ ਨਸ਼ੇ ਵਿੱਚ, ਔਰ ਇਹ ਅਸਲ ਵਿੱਚ ਇਹ ਉਹ ਸੁਖਜਿੰਦਰ ਸਿੰਘ ਰੰਧਾਵਾ ਪਰਿਵਾਰ ਆ, ਜਿੱਥੇ ਇਹਦੇ ਫਾਦਰ ਆਪਣਾ ਸੰਤੋਖ ਸਿੰਘ ਰੰਧਾਵਾ, ਉਹਨਾਂ ਨੇ ਜੋ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਉਦੋਂ ਉਹਨਾਂ ਨੇ ਇੰਦਰਾ ਦੇ ਇਸ ਕੰਮ ਨੂੰ ਬੜੇ ਵੱਡੇ ਅੱਡੀਆਂ ਚੁੱਕ ਕੇ ਉਹਨੇ ਪ੍ਰਸ਼ੰਸਾ ਕੀਤੀ ਸੀ ਕਿ ਬਹੁਤ ਵਧੀਆ ਇੰਦਰਾ ਗਾਂਧੀ ਨੇ ਕੀਤਾ ਜਿਹੜਾ ਹਮਲਾ ਕੀਤਾ ਦਰਬਾਰ ਸਾਹਿਬ 'ਤੇ। ਇਹ ਉਹੀ ਖਾਨਦਾਨ ਹੈ ਔਰ ਇਹ ਹਮੇਸ਼ਾ ਹੀ ਆਪਣੇ ਆਪ ਨੂੰ ਸੁਰੱਖਿਆ ਵਿੱਚ ਰੱਖਣ ਲਈ ਜੋ ਵੀ ਪੁੱਠੇ ਪੁੱਠੇ ਕੰਮ ਆ ਜਾਂ ਸਾਧਨ ਵਰਤਣਾ ਚਾਹੁੰਦਾ ਉਹ ਵਰਤਦਾ। ਔਰ ਇਹਦੇ ਸੰਬੰਧ ਵਿੱਚ ਅੱਜ ਅਸੀਂ ਜਿਸ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਉਹਨਾਂ ਦੀ ਰੈਫਰੈਂਸ 'ਤੇ ਸਰਦਾਰ ਜਸਪਾਲ ਸਿੰਘ ਜੀ ਉਹਨਾਂ ਦੇ ਜਿਹੜੇ ਸਕੱਤਰ ਨੇ ਉਹਨਾਂ ਨੇ ਇੱਕ ਮੰਗ ਪੱਤਰ ਵੀ ਦਿੱਤਾ ਕਿ ਇਹ ਪਿਛਲੇ ਦਿਨੀ ਵੀ ਇਹਨੇ ਇੱਕ ਆਪਣਾ ਗੁਰਬਾਣੀ ਦਿੱਤੋ ਕਿ ਵੀ ਵਿਗਾੜ ਕੇ ਬੋਲੀ ਸੀ ਅਤੇ ਉਦੋਂ ਵੀ ਅਸੀਂ ਮੰਗ ਪੱਤਰ ਦਿੱਤਾ ਸੀ ਪਰ ਉਹਨਾਂ ਸਮੇਂ 'ਚ ਅੱਜ ਤਾਂ ਫਿਰ ਕਾਰਵਾਈ ਨਾ ਹੋਣ ਕਰਕੇ ਇਹ ਦੁਬਾਰਾ ਇਹਨੂੰ ਮੂੰਹ ਪਿਆ ਔਰ ਇਹ ਦੁਬਾਰਾ ਇਹਨੇ ਜਿਹੜਾ ਹੁਣ ਵੀਡੀਓ ਦੁਬਾਰਾ ਇਹਦੀ ਵਾਇਰਲ ਹੋ ਰਹੀ ਹੈ ਉਹਦੇ 'ਚ ਕਹਿ ਰਿਹਾ ਕਿ ਨਹੀਂ ਮੇਰੀ ਆਵਾਜ਼ ਨੂੰ ਡਬਿੰਗ ਕੀਤਾ ਗਿਆ। ਅਸਲ ਵਿੱਚ ਡਬਿੰਗ ਨਹੀਂ ਹੋਈ, ਇਹਦਾ ਦਿਮਾਗ ਜਿਹੜਾ ਡਬ ਹੋਣ ਵਾਲਾ ਡਬਿੰਗ ਇਹਦੇ ਦਿਮਾਗ ਦੀ ਹੋਣ ਵਾਲੀ ਹੋਈ ਹੈ ਔਰ ਬਿਲਕੁਲ ਹੀ ਬੇਸ਼ਰਮੀ ਦੀ ਇੰਤਹਾ 'ਤੇ ਜਾ ਕੇ ਉਹਨੇ ਇਹ ਸ਼ਬਦਾਵਲੀ ਯੂਜ਼ ਕੀਤੀ ਹੈ। ਬਿਲਕੁਲ ਇਹੋ ਜਿਹੇ ਲੋਕਾਂ ਨੂੰ ਨਹੀਂ ਚਾਹੀਦਾ, ਹੁਣ ਉਹ ਸਪਸ਼ਟੀਕਰਨ ਜਿੰਨੇ ਮਰਜ਼ੀ ਦੇਵੇ ਔਰ ਅਸੀਂ ਬੜਾ ਸਟਰੋਂਗਲੀ ਜਿਹੜਾ ਜਸਦਰ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਇਹ ਮਿਲਣਾ ਦੇਰ ਕੀਤਿਆਂ ਇਹਨੂੰ ਜਿਹੜਾ ਸਮਨ ਕੀਤਾ ਜਾਵੇ ਔਰ ਇਹ 'ਤੇ ਢੁੱਕਵੀਂ ਜਿਹੜੀ ਹੈ ਇਹਨੂੰ ਆਪਣਾ ਸਜ਼ਾ ਦਿੱਤੀ ਜਾਵੇ 5 ਕਿਰਾਇਤਾਂ ਮੁਤਾਬਕ। ਔਰ ਇਸ ਤੋਂ ਇਲਾਵਾ ਅੱਜ ਅਸੀਂ ਆਪਣੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੂੰ ਜਿਹੜੀ ਇੱਕ FIR ਦਰਜ ਕਰਨ ਵਾਸਤੇ ਵੀ ਆਪਣੇ ਵੱਲੋਂ ਮੈਂਬਰ ਸਾਹਿਬਾਨ ਵੱਲੋਂ ਜਿਹੜੀ ਉਹ ਦਰਖਾਸਤ ਦੇਣ ਜਾ ਰਹੇ ਹਾਂ ਕਿ 295 ਦੇ ਤਹਿਤ ਇਹਦੇ ਖਿਲਾਫ਼ ਜਿਹੜੀ ਹੈ ਉਹ ਕੀਤੀ ਜਾਵੇ, FIR ਲਾਂਚ ਕੀਤੀ ਜਾਵੇ। ਔਰ ਨਾਲ ਦੀ ਨਾਲ ਅਸੀਂ ਕੈਪਟਨ ਨੂੰ ਇਹ ਗੱਲ ਕਹਿੰਦੇ ਹਾਂ ਕਿ ਜਿਹੜੇ ਇੱਦਾਂ ਦੇ ਬੇਹੂਦਾ ਕਿਸਮ ਦੇ ਲੋਕ ਨੇ ਉਹਦੇ ਕੈਬਨਿਟ ਦੇ ਵਿੱਚ, ਇਹਨਾਂ ਨੂੰ ਇਮੀਜੀਏਟਲੀ ਕੈਬਨਿਟ 'ਚੋਂ ਬਾਹਰ ਕਰੇ ਔਰ ਇਹਨਾਂ ਆਪਣੇ ਮੰਤਰੀਆਂ ਸੰਤਰੀਆਂ ਦੀ ਜ਼ਬਾਨ ਨੂੰ ਲਗਾਮ ਪਾਵੇ।